ਅੱਜ ਅਸੀਂ ਪਹੁੰਚੇ ਹਾਂ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਜੋ ਮਾਹੌਲ ਦੇਖਣ ਨੂੰ ਮਿਲ ਰਿਹਾ ਆ, ਦੋ ਗੇਟ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ, ਅਤੇ ਅੱਜ ਇਹ ਹਾਲਾਤ ਬਣੇ ਹੋਏ ਨੇ ਕਿ ਇੱਕ ਪਾਸੇ ਜੋ ਵਿਦਿਆਰਥੀਆਂ ਦਾ ਪੱਕਾ ਮੋਰਚਾ ਲੱਗਿਆ ਹੋਇਆ ਅਤੇ ਦੂਸਰੇ ਪਾਸੇ ਜੋ ਇਹ ਸਾਡੇ ਸਿਕਿਉਰਿਟੀ ਗਾਰਡ ਬੈਠੇ ਨੇ ਇਹਨਾਂ ਦਾ ਵੀ ਪੱਕਾ ਧਰਨਾ ਜੋ ਚੱਲ ਰਿਹਾ ਆ। ਕੀ ਇਹੋ ਜਿਹੇ ਹਾਲਾਤ ਬਣੇ ਹੋਏ ਨੇ ਕਿ ਜੋ ਜਿਹੜੀ ਯੂਨੀਵਰਸਿਟੀ ਨੇ ਮਤਲਬ ਕਿ ਲੋਕਾਂ ਨੂੰ ਰੁਜ਼ਗਾਰ ਦਿੱਤਾ ਹੋਇਆ ਹੈ, ਇੱਥੇ ਇਹਨਾਂ ਨੇ ਇੰਪਲੋਈਜ਼ ਨੇ ਅੰਦਰ ਜੋ ਡਿਊਟੀਆਂ ਕਰਕੇ ਆਪਣੇ ਪਰਿਵਾਰ ਪਾਲਣੇ ਹੁੰਦੇ ਨੇ, ਬਹੁਤ ਥੋੜ੍ਹੀਆਂ ਤਨਖਾਹਾਂ 'ਤੇ ਅਸੀਂ ਪਹਿਲਾਂ ਵੀ ਦੇਖਦੇ ਰਹਿੰਦੇ, ਬਹੁਤ ਨਿਗੂਣੀਆਂ ਤਨਖਾਹਾਂ 'ਤੇ ਅੰਦਰ ਕੰਮ ਕਰਦੇ ਨੇ, ਡਿਊਟੀਆਂ ਕਰਦੇ ਨੇ, ਅਤੇ ਮਤਲਬ ਕਿ ਇਹਨਾਂ ਨੂੰ ਅੱਜ ਡਿਊਟੀਆਂ ਛੱਡ ਕੇ ਪੋਹ ਦੀਆਂ ਰਾਤਾਂ ਦੇ ਵਿੱਚ ਇੱਥੇ ਬੈਠਣਾ ਪੈ ਰਿਹਾ ਆ। ਇਹਨਾਂ ਨੂੰ ਆਪਣੇ ਮਤਲਬ ਕਿ ਪਰਿਵਾਰ ਛੱਡ ਕੇ ਅੱਜ ਦਿਨ ਰਾਤ ਦੇ ਵਿੱਚ ਇਹ ਇੱਥੇ ਬੈਠੇ ਨੇ, ਅਤੇ ਉੱਧਰੋਂ ਵਿਦਿਆਰਥੀ ਆਪਣੀਆਂ ਪੜ੍ਹਾਈਆਂ ਛੱਡ ਕੇ ਪੇਪਰ ਛੱਡ ਕੇ ਇੱਥੇ ਬੈਠੇ ਨੇ। ਇਹੋ ਜਿਹੇ ਕੀ ਯੂਨੀਵਰਸਿਟੀ ਨੇ ਹਾਲਾਤ ਬਣਾ ਰੱਖੇ ਨੇ, ਅਤੇ ਕਿਹੜੀ ਯੂਨੀਵਰਸਿਟੀ ਦੇ ਅੰਦਰ ਜਿਹੜੇ ਪ੍ਰਸ਼ਾਸਨ ਬੈਠਾ ਉਹ ਕਿਸ ਤਰ੍ਹਾਂ ਦੀਆਂ ਮਤਲਬ ਕਿ ਚਾਲਾਂ ਕਰ ਰਿਹਾ, ਕਿਸ ਤਰ੍ਹਾਂ ਦੇ ਫੈਸਲੇ ਲੈ ਰਿਹਾ, ਅਤੇ ਇਹਨਾਂ ਦੇ ਕੀ ਜੋ ਮਜਬੂਰੀਆਂ ਨੇ, ਕੀ ਇਹਨਾਂ ਦੇ ਕਾਰਨ ਵੀ ਇਹਨਾਂ ਨੂੰ ਇੱਥੇ ਬੈਠਣਾ ਪੈ ਰਿਹਾ, ਅੱਜ ਅਸੀਂ ਇਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ, ਇਹਨਾਂ ਤੋਂ ਜਾਣਦੇ ਹਾਂ ਕੀ ਇਹਨਾਂ ਦੀਆਂ ਜੋ ਕਾਰਨ ਬਣੇ ਹੋਏ ਨੇ ਜੋ ਅੱਜ ਇੱਥੇ ਇਹ ਇੰਨੀ ਗਿਣਤੀ ਦੇ ਵਿੱਚ ਬੈਠੇ ਹੋਏ ਨੇ। ਸੋ ਅਸੀਂ ਪਹੁੰਚੇ ਹਾਂ ਜੀ ਗੱਲਬਾਤ ਕਰਨ ਦੇ ਲਈ। ਸਤਿ ਸ਼੍ਰੀ ਅਕਾਲ ਜੀ। ਕੀ ਕਾਰਨ ਹੈ ਜੀ ਜੋ ਤੁਸੀਂ ਅੱਜ ਆਪਣੀਆਂ ਡਿਊਟੀਆਂ ਛੱਡ ਕੇ ਜੋ ਬਿਲਕੁਲ ਹੀ ਇੱਦਾਂ ਮਤਲਬ ਯੂਨੀਵਰਸਿਟੀ ਦੇ ਗੇਟ 'ਤੇ ਤੁਹਾਨੂੰ ਬੈਠਣਾ ਪੈ ਰਿਹਾ ਹੈ, ਹੈ ਨਾ, ਆਪਣੀਆਂ ਡਿਊਟੀਆਂ ਆਪਣੇ ਪਰਿਵਾਰ ਛੱਡ ਕੇ ਦਿਨ ਰਾਤ ਦਾ ਜੋ ਤੁਹਾਡਾ ਧਰਨਾ ਚੱਲ ਰਿਹਾ, ਕਿੰਨਵਾਂ ਦਿਨ ਹੈ ਅੱਜ ਧਰਨੇ ਦਾ ਜੀ? ਅੱਜ ਤੀਜਾ ਦਿਨ ਹੈ। ਅੱਜ ਤੀਸਰੇ ਦਿਨ ਤੁਸੀਂ ਧਰਨੇ ਦੇ ਵਿੱਚ ਪਹੁੰਚ ਚੁੱਕੇ ਹੋ, ਅਤੇ ਕਿਸ ਤਰ੍ਹਾਂ ਦੇ ਕਾਰਨ ਵੀ ਤੁਹਾਨੂੰ ਅੰਦਰੇ ਜੋ ਆਪਣੀਆਂ ਡਿਊਟੀਆਂ ਛੱਡ ਕੇ ਯੂਨੀਵਰਸਿਟੀ ਗੇਟ 'ਤੇ ਬੈਠਣਾ ਪੈ ਰਿਹਾ ਹੈ ਜੀ? ਅਸੀਂ ਸਭ ਤੋਂ ਪਹਿਲਾਂ ਤਾਂ ਦੱਸ ਦੇਣਾ ਚਾਹੁੰਦੇ ਹਾਂ ਕਿ ਅਸੀਂ ਸਾਡਾ ਇੱਕ ਸਾਂਝਾ ਮੋਰਚਾ ਜੀ, ਅਸੀਂ ਇਹਨਾਂ ਇੱਥੋਂ ਪ੍ਰਸ਼ਾਸਨ ਦੇ ਸਤਾਏ ਹੋਏ ਹਾਂ ਜੀ। ਅੱਜ ਇਹ ਧਰਨਾ ਲੱਗਾ ਹੋਇਆ ਤਾਂ ਇਹਨਾਂ ਦੀ ਬਦੌਲਤ ਲੱਗਾ ਹੋਇਆ ਜੀ। ਸਾਡਾ ਸਾਂਝਾ ਮੋਰਚਾ ਸਿਕਿਉਰਿਟੀ ਜੀ, ਸਿਕਿਉਰਿਟੀ ਦੇ ਵਿੱਚ ਵੀ ਦੋ ਡਿਪਾਰਟਮੈਂਟ ਹੈ, ਇੱਕ ਹੈਗਾ ਡੇਲੀ ਵੇਜ ਜੀ ਅਤੇ ਇੱਕ ਹੈਗਾ ਫਿਕਸ, ਅਤੇ ਵਿਦ ਨਾਲ ਹੈਗਾ ਸਾਡਾ ਮੋਰਚੇ ਦੇ ਨਾਲ ਸਾਂਝੇ ਨੇ ਆਪਣਾ ਲੈਬ ਅਟੈਂਡੈਂਟ ਹੋ ਗਏ, ਪੇਂਟਰ ਹੋ ਗਏ, ਅਤੇ ਨਾਲ ਹੀ ਗੈਸਟ ਹਾਊਸ ਵਾਲੇ ਵੀਰ ਨੇ ਜੀ। ਇੱਥੇ ਧਰਨਾ ਲੱਗਣ ਦਾ ਕਾਰਨ ਇਹ ਸੀਗਾ, ਸਾਨੂੰ ਦੇਖੋ ਇਹ ਘੱਟੋ ਘੱਟ ਵੀ 3 ਤੋਂ 4 ਮਹੀਨੇ ਹੋ ਗਏ ਜੀ, ਅਸੀਂ ਚਿੱਠੀ ਪੱਤਰ ਲੈਟਰ 'ਤੇ ਲੈਟਰ ਦਿੰਦੇ ਰਹੇ ਹਾਂ, ਮੀਟਿੰਗਾਂ 'ਤੇ ਮੀਟਿੰਗਾਂ ਹੁੰਦੀਆਂ ਰਹੀਆਂ ਨੇ, ਪਰ ਇਸ ਦੇ ਬਾਵਜੂਦ ਵੀ ਪ੍ਰਸ਼ਾਸਨ ਦੇ ਸਿਰ 'ਤੇ ਜੂੰ ਵੀ ਨਹੀਂ ਸਰਕੀ ਹੈਗੀ ਜੀ। ਅੱਕ ਕੇ ਅਸੀਂ ਹਰ ਕੇ ਸਾਨੂੰ ਇੱਥੇ ਧਰਨਾ ਲਾਉਣਾ ਪਿਆ। ਤੁਹਾਡਾ ਕੀ ਕਾਰਨ, ਕੋਈ ਤਨਖਾਹਾਂ ਦਾ ਮਸਲਾ ਹੈ, ਤਨਖਾਹਾਂ ਨਹੀਂ ਪਾ ਰਹੇ ਜਾਂ ਤੁਹਾਡਾ ਕੰਮ ਕਰਦਾ? ਸਾਡਾ ਹੀ ਯੂਨੀਵਰਸਿਟੀ ਦਾ ਇੱਥੇ ਰੂਲ ਹੈ, ਇੱਥੇ ਦੇ ਕੈਲੰਡਰ ਆ, ਇੱਥੋਂ ਦੀ ਸਿੰਡੀਕੇਟ ਆ, ਉੱਥੇ ਜੋ ਵੀ ਰੂਲ ਲਾਗੂ ਹੁੰਦਾ ਇਹ ਸਾਡੀ ਸੁਪਰੀਮ ਹੈ ਜੀ, ਜੋ ਵੀ ਇੱਥੇ ਲਾਗੂ ਹੁੰਦਾ ਉਹ ਸਾਰੇ ਡਿਪਾਰਟਮੈਂਟ ਦੇ ਵਿਦ ਜਿੰਨੇ ਵੀ ਕਾਲਜ ਆ ਸਾਰਿਆਂ 'ਤੇ ਲਾਗੂ ਹੁੰਦਾ, ਅਤੇ ਉਹ ਇੱਥੇ ਸਾਨੂੰ ਦੇਖੋ ਜੀ ਅਸੀਂ ਪਹਿਲਾਂ ਠੇਕੇ 'ਤੇ ਰਹੇ, ਠੇਕੇ 'ਤੇ ਸਾਨੂੰ ਘੱਟ ਤੋਂ ਘੱਟ ਵੀ 18-18 ਸਾਲ ਹੋ ਗਏ, ਕਈ ਨੂੰ 15 ਸਾਲ ਹੋ ਗਏ ਜੀ। ਉੱਥੇ ਇੱਕ ਰੂਲ ਹੋਇਆ ਸੀਗਾ ਜੀ 5 ਸਾਲ ਜਿਹੜੇ ਨੂੰ ਹੋ ਗਏ ਉਹ ਯੂਨੀਵਰਸਿਟੀ ਅੰਡਰ ਆ ਜਾਣਗੇ, ਅਸੀਂ ਅੰਡਰ ਆ ਗਏ, ਸਾਨੂੰ ਡੇਲੀ ਵੇਜ ਹੋ ਗਿਆ, ਡੇਲੀ ਵੇਜ 'ਤੇ ਅਸੀਂ 2 ਸਾਲ ਦੀਆਂ ਸੇਵਾਵਾਂ ਤੋਂ ਬਾਅਦ ਅਸੀਂ ਫਿਕਸ 'ਤੇ ਹੋ ਗਏ, ਫਿਕਸ 'ਤੇ ਸਾਨੂੰ ਹੁਣ ਹੋ ਗਏ 3 ਸਾਲ, 3 ਸਾਲ ਪਲੱਸ ਡੇਲੀ ਵੇਜ ਦੇ 2 ਸਾਲ, ਸਾਨੂੰ 5 ਸਾਲ ਹੋ ਗਏ। ਹੁਣ ਸਾਡੀ ਮੰਗ ਇਹ ਹੈ ਕਿ ਸਾਨੂੰ ਅਗਲੇ ਚੈਨਲ 'ਚ ਯਾਨੀ ਵਰਕ ਚਾਰਜ ਜਾਂ ਫਿਰ ਅਡੋਕ 'ਤੇ ਸਾਨੂੰ ਅਗਲੇ ਚੈਨਲ 'ਚ ਲਿਆ ਜਾਵੇ। ਕਿਸ ਤਰ੍ਹਾਂ ਦਾ ਯੂਨੀਵਰਸਿਟੀ ਦਾ ਹੁਣ ਲੱਗ ਰਿਹਾ, ਤੁਸੀਂ ਜਿਵੇਂ ਕਿਹਾ ਕਿ ਲਗਾਤਾਰ ਚਿੱਠੀ ਮੰਗ ਪੱਤਰ ਜੋ ਤੁਹਾਡੇ ਮੀਟਿੰਗਾਂ ਹੁੰਦੀਆਂ ਰਹਿੰਦੀਆਂ ਨੇ, ਕੋਈ ਰਿਸਪੌਂਸ ਆਇਆ ਯੂਨੀਵਰਸਿਟੀ ਦਾ? ਨਹੀਂ, ਪ੍ਰਸ਼ਾਸਨ ਦਾ ਦੇਖੋ ਮੀਟਿੰਗ ਤਾਂ ਚੱਲਦੀ ਰਹਿੰਦੀ ਆ, ਮੀਟਿੰਗਾਂ ਦੇ ਵਿੱਚ ਦੇਖੋ ਇਹ ਸਾਨੂੰ ਇੱਕ ਤਰ੍ਹਾਂ ਦਾ ਮਿੱਠੀ ਗੋਲੀ ਦੇਣ ਲਈ ਬੁਲਾਉਂਦੇ ਨੇ ਬਸ, ਹੋਰ ਕੁਛ ਵੀ ਨਹੀਂ ਕਰਦੇ। ਅੱਛਾ, ਤੁਸੀਂ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਬੈਠੇ ਹੋ, ਅਤੇ ਅੰਦਰ ਕੋਈ ਪ੍ਰਭਾਵ ਪਿਆ ਇਸ ਚੀਜ਼ ਦਾ ਵੀ ਜਦੋਂ ਤੁਸੀਂ ਡਿਊਟੀਆਂ 'ਤੇ ਨਹੀਂ ਹੈਗੇ ਤਾਂ ਉਹ ਡਿਊਟੀਆਂ ਹੁਣ ਕਿਵੇਂ ਫਿਰ ਚੱਲ ਰਹੀਆਂ? ਪ੍ਰਭਾਵ ਦੇਖੋ ਜੀ ਅੱਜ ਇੰਨੀ ਕੋਈ ਮਤਲਬ ਇਹੋ ਜਿਹਾ ਟਾਈਮ ਆ ਚੁੱਕਿਆ, ਸਾਡਾ ਇੱਕ ਕਰਮੀ ਵੀ ਸੁਰੱਖਿਆ ਕਰਮੀ ਹੈ ਜਿਹੜਾ ਉਹ ਡੇਲੀ ਵੇਜ ਹੋਵੇ ਅਤੇ ਭਾਵੇਂ ਫਿਕਸ ਹੋਵੇ, ਇੱਕ ਵੀ ਬੰਦਾ ਡਿਊਟੀ 'ਤੇ ਹਾਜ਼ਰ ਨਹੀਂ ਹੈਗਾ, ਅਤੇ ਜੇ ਕੋਈ ਗੱਲਬਾਤ ਹੋ ਜਾਂਦੀ ਆ ਇਹਦੀ ਜ਼ਿੰਮੇਵਾਰੀ ਸਿੱਧੀ ਪ੍ਰਸ਼ਾਸਨ ਦੀ ਬਣਦੀ ਆ, ਕਿਉਂਕਿ ਸਾਡੀਆਂ ਮੰਗਾਂ ਪ੍ਰਸ਼ਾਸਨ ਨੇ ਪੂਰੀਆਂ ਕਰਨੀਆਂ ਨੇ।
ਜੇ ਪ੍ਰਸ਼ਾਸਨ ਸਾਡੀਆਂ ਮੰਗਾਂ ਪੂਰੀਆਂ ਕਰਦਾ ਅਸੀਂ ਟੈਂਡਰ ਨਾ ਹੀ ਲਾਉਂਦੇ, ਕਿਉਂਕਿ ਯੂਨੀਵਰਸਿਟੀ ਸਿਕਿਉਰਿਟੀ ਤਾਂ ਖਾਸ ਹੀ ਇਸ ਕਰਕੇ ਹੁੰਦੀ ਹੈ, ਅੰਦਰ ਵਿਦਿਆਰਥੀਆਂ ਨੇ, ਵਿਦਿਆਰਥੀ ਨੇ, ਛੋਟੇ ਨੇ, ਮਤਲਬ ਕਿ ਹਰ ਜਗ੍ਹਾ ਸਿਕਿਉਰਿਟੀ ਦੀ ਲੋੜ ਹੈ, ਬਟ ਸਿਕਿਉਰਿਟੀ ਗੇਟ 'ਤੇ ਬੈਠੀ ਹੈ ਤਾਂ ਯੂਨੀਵਰਸਿਟੀ ਦੇ ਅੰਦਰ ਬਿਲਕੁਲ ਹੀ ਹਾਲਾਤ ਖਰਾਬ ਹੋਏ ਪਏ ਨੇ। ਕੀ ਮੰਗ ਕਰਦੇ ਹੋ ਤੁਸੀਂ ਹੁਣ ਯੂਨੀਵਰਸਿਟੀ ਤੋਂ? ਅਸੀਂ ਮੰਗ ਇਹੀ ਕਰਦੇ ਹਾਂ ਜਿੰਨੀਆਂ ਸਾਡੀਆਂ ਮੰਗਾਂ ਨੇ ਜੋ ਡੇਲੀ ਆਪਣਾ ਡੇਲੀ ਬੇਸ 'ਤੇ ਨੇ ਉਹਨਾਂ ਨੂੰ ਫਿਕਸ 'ਤੇ ਕੀਤਾ ਜਾਵੇ, ਫਿਕਸ ਵਾਲਿਆਂ ਨੂੰ ਅੱਗੋਂ ਅਡੋਕ 'ਤੇ ਵਿਦ ਜਾਂ ਫਿਰ ਵਰਕਚਾਰ 'ਤੇ ਕੀਤਾ ਜਾਵੇ। ਬਾਕੀ ਆ ਲੈਬ ਅਟੈਂਡੈਂਟ ਵਾਲੇ ਨੇ, ਫਿਕਸ ਵਾਲੇ ਆਪਣਾ ਗੈਸਟ ਹਾਊਸ ਵਾਲੇ ਵੀਰ ਨੇ, ਇਹਨਾਂ ਦੇ ਵੀ ਆਰਡਰ ਸਾਡੇ ਇਕੱਠੇ ਹੋਏ ਨੇ। ਸਾਡੀਆਂ ਸਾਰੀਆਂ ਇਕੱਠੀਆਂ ਮੰਗਾਂ ਨੇ, ਕੋਈ ਜ਼ਿਆਦਾ ਮੰਗਾਂ ਹੈ ਨਹੀਂ, ਦੋ ਤੋਂ ਤਿੰਨ ਮੰਗਾਂ ਨੇ। ਅਗਰ ਉਹ ਪੂਰੀਆਂ ਹੋ ਜਾਂਦੀਆਂ ਨੇ ਅਸੀਂ ਧਰਨਾ ਉਠਾ ਲਾਂਗੇ, ਨਹੀਂ ਤਾਂ ਸੰਘਰਸ਼ ਆ। ਅਸੀਂ ਕਾਲ ਦਿੱਤੀ ਹੋਈ ਆ 26 ਤਰੀਕ ਦੀ, ਲੈਟਰ ਵੀ ਪਹੁੰਚਾ ਚੁੱਕਿਆ ਵੀ ਸੀਗਾ ਉੱਤਰਾਂ, ਗੇਟ ਬੰਦ ਹੋਏਗਾ 26 ਤਰੀਕ ਨੂੰ ਜੀ। ਅੱਛਾ, ਸਰਕਾਰ ਨੂੰ ਕੋਈ ਹੈ ਤੁਹਾਡਾ, ਮਤਲਬ ਕਿ ਸਰਕਾਰ ਦੀ ਤਾਂ ਕਿਸ ਤਰ੍ਹਾਂ ਦਾ ਤੁਹਾਡਾ ਸਰਕਾਰ ਬਾਰੇ ਸੋਚਦੇ ਹੋ ਕਿ ਕੁਛ ਕਰ ਰਹੀ ਹੈ, ਕੁਛ ਹੈ ਉਹਨਾਂ ਦਾ ਹੱਥ ਵਿੱਚ? ਦੇਖੋ, ਸਰਕਾਰ ਨੂੰ ਬਣਾਉਣ ਵਾਲੇ ਅਸੀਂ ਲੋਕ ਹਾਂ, ਅਸੀਂ ਪਬਲਿਕ ਹਾਂ, ਸਾਨੇ ਹੀ ਵੋਟਾਂ ਪਾ ਕੇ ਬਣਾਇਆ ਇਹਨਾਂ ਨੂੰ, ਪਰ ਵੋਟਾਂ ਪਾ ਕੇ ਮੇਰੇ ਹਿਸਾਬ ਨਾਲ ਅਸੀਂ ਗਲਤੀ ਕਰ ਚੁੱਕੇ ਹਾਂ। ਅਸੀਂ ਚਾਹੁੰਦੇ ਸੀਗੇ ਮੁਲਾਜ਼ਮਾਂ ਦੇ ਪੱਖ ਦੀ ਇਹ ਸਰਕਾਰ ਹੈ, ਪਰ ਸਾਨੂੰ ਨਹੀਂ ਲੱਗਦਾ ਜਿਹੜੇ ਹਿਸਾਬ ਨਾਲ ਅਸੀਂ ਟੈਂਟ ਲਾਏ ਹੋਏ ਹਾਂ ਇਹ ਮੁਲਾਜ਼ਮਾਂ ਦੇ ਵਿਰੁੱਧ ਹੀ ਹੈ, ਕਿਉਂਕਿ ਯੂਨੀਵਰਸਿਟੀ ਵੀ ਕਿਤੇ ਨਾ ਕਿਤੇ ਸਰਕਾਰ ਦੇ ਅੰਡਰ ਹੀ ਕੰਮ ਕਰਦੀ ਹੈ ਤਾਂ ਸਰਕਾਰ ਦਾ ਵੀ ਫਰਜ਼ ਬਣਦਾ ਹੈ ਸਮੇਂ ਸਮੇਂ 'ਤੇ, ਹੈ ਨਾ, ਯੂਨੀਵਰਸਿਟੀਆਂ ਦੇ ਦੇਖੇ ਕੋ ਚੈਕਿੰਗ ਕਰੇ ਵੀ ਕਿਸ ਤਰ੍ਹਾਂ ਦਾ, ਮਤਲਬ ਕਿ ਇੱਥੇ ਜੋਬਸ ਹੋ ਰਹੀਆਂ ਨੇ, ਕਿਸ ਤਰ੍ਹਾਂ ਦੇ ਜੋ ਤੁਸੀਂ ਸੰਘਰਸ਼ਾਂ ਦੇ ਵਿੱਚ ਗੁਜ਼ਰ ਰਹੇ ਹੋ ਉਹਨਾਂ ਦਾ ਵੀ ਫਰਜ਼ ਬਣਦਾ ਹੈ। ਯੂਨੀਵਰਸਿਟੀ ਪ੍ਰਸ਼ਾਸਨ ਤਾਂ ਕਾਫੀ ਗੱਲਾਂ ਤੋਂ ਆਪਾਂ ਦੇਖ ਰਹੇ ਹਾਂ ਕਿ ਪਿੱਛੇ ਪੈਰ ਖਿੱਚ ਰਿਹਾ ਹੈ। ਫਰਜ਼ ਦੇਖ ਲਓ ਜੀ ਤੁਸੀਂ, ਗ੍ਰਾਂਟ ਜਿਹੜੀ 30 ਕਰੋੜ ਦੀ ਸੀ ਜੀ, ਉਹ 10 ਕਰੋੜ ਹੋਰ ਘਟਾ ਦਿੱਤੀ ਗਈ ਆ, ਇੱਥੇ 20 ਕਰੋੜ ਆ ਗਿਆ। 20 ਕਰੋੜ ਨੂੰ ਦੇਖੋ, ਐਡਾ ਇੰਨੇ ਕਾਲਜ ਨੇ, ਐਡੀ ਯੂਨੀਵਰਸਿਟੀ ਆ, ਤੇ 20 ਕਰੋੜ ਦੇ ਵਿੱਚ ਇਹਨਾਂ ਤਨਖਾਹਾਂ ਵੀ ਨਹੀਂ ਪੂਰੀਆਂ ਹੁੰਦੀਆਂ ਹੈਗੀਆਂ। ਬਿਲਕੁਲ ਜੀ, ਬਿਲਕੁਲ। ਇਹ ਸਰਕਾਰ ਦੀ ਨਾਕਾਮੀ ਆ। ਅਸੀਂ ਤਾਂ ਇਹ ਕਹਾਂਗੇ ਜੇ ਤਾਂ ਸਰਕਾਰ ਸਾਡੀ ਪੂਰੇ ਪੰਜਾਬ ਦੇ ਪਬਲਿਕ ਦੀ ਜਿਹਦਾ ਆਸਾਂ ਦੇ ਉੱਤਰਦੀ ਹੈ, ਠੀਕ ਆ, ਨਹੀਂ ਕੋਈ ਗੱਲ ਨਹੀਂ, 5 ਸਾਲ ਬਾਅਦ ਵਾਰੀ ਹਰੇਕ ਦੀ ਆਉਂਦੀ ਆ। ਹਾਂਜੀ, ਆਪਣਾ ਨਾਮ ਦੱਸੋ ਜੀ। ਹੀਰਾ ਲਾਲ ਜੀ। ਤੁਸੀਂ ਕਿਹੜੇ ਡਿਪਾਰਟਮੈਂਟ 'ਚ ਕੰਮ ਕਰਦੇ ਹੋ? ਸਿਕਿਉਰਿਟੀ ਗਾਰਡ। ਇਹ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਜੋਬ ਕਰਦੇ ਨੂੰ? ਮੈਨੂੰ ਹੋ ਗਿਆ 17-18 ਸਾਲ। ਅਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪ੍ਰਸ਼ਾਸਨ ਨੂੰ, ਇੱਥੇ ਧਰਨਾ ਕਾਹਤੋਂ ਲੱਗਾ? ਧਰਨਾ ਇਹੀ ਲੱਗਾ ਜੀ, ਸਾਡੀਆਂ ਮੰਗਾਂ ਨਹੀਂ ਪੂਰੀਆਂ ਕਰਦੇ, 11-11 ਹਜ਼ਾਰ ਹੋ ਗਏ ਨੇ, ਚਿੱਟੀਆਂ ਦਾੜੀਆਂ ਹੋ ਗਈਆਂ ਨੇ ਜੀ। ਅੱਛਾ ਜੀ, ਮਹਿੰਗਾਈ ਦੇ ਹਿਸਾਬ ਨਾਲ ਇਹਨਾਂ ਨੂੰ ਵਧਾਉਣੀ ਚਾਹੀਦੀ ਤਨਖਾਹ। ਅਤੇ ਤੁਹਾਡੀ ਤਨਖਾਹ ਕਿੰਨੀ ਦਿੰਦੇ ਹੁਣ? ਹੁਣ ਤਾਂ 11 ਹਜ਼ਾਰ ਦਿੰਦੇ ਨੇ ਜੀ। ਅਤੇ ਇਹਦੇ 'ਤੇ ਤੁਹਾਡਾ ਜਿਹੜਾ ਘਰ ਪਰਿਵਾਰ ਉਹ ਚੱਲਦਾ ਸਹੀ? ਚੱਲਦਾ ਜੀ, ਮਾੜਾ ਮੋਟਾ ਮੁੱਠਾ ਮਿਊਜ਼ਿਕ ਚਲਾਉਣਾ ਪੈਂਦਾ ਜੀ, ਕੀ ਕਰੀਏ ਹੁਣ। ਅੱਛਾ ਜੀ, 11 ਹਜ਼ਾਰ ਰੁਪਏ ਨਾਲ ਕੀ ਬਣਦਾ ਜੀ? ਅਤੇ ਤੁਸੀਂ 100 ਰੁਪਏ ਲੀਟਰ ਦਾ ਤੇਲ ਹੈ ਜੀ। ਹਾਂਜੀ ਹਾਂਜੀ, ਮਹਿੰਗਾਈ ਜ਼ਿਆਦਾ ਜੀ, ਤਨਖਾਹਾਂ ਵਧਾਉਂਦੇ ਨਹੀਂ ਹੋਗੇ, ਸਾਰੀ ਉਮਰ ਲੰਘ ਗਈ ਸਾਡੀ ਇੱਥੇ ਹੀ, ਗਲਤ ਇਹਨਾਂ ਨੇ। ਅਤੇ ਉਮਰ ਦੇ ਹਿਸਾਬ ਨਾਲ ਤੁਹਾਡੀਆਂ ਉਮਰ ਵੀ ਬੜੀ ਹੋ ਚੁੱਕੀ ਹੈ, ਤੁਸੀਂ ਯੂਨੀਵਰਸਿਟੀ ਨੂੰ, ਪ੍ਰਸ਼ਾਸਨ ਨੂੰ ਇੱਥੋਂ ਦੇਣੇ ਹੋ, ਵੀਸੀ ਸਾਹਿਬ ਨੂੰ ਜਾਂ ਪੰਜਾਬ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ? ਅਸੀਂ ਇਹੀ ਕਹਿੰਦੇ ਹਾਂ ਵੀ ਜਿਹੜੇ ਸਾਡੀਆਂ ਮੰਗਾਂ ਨੇ ਸਾਡੇ ਹੱਕ ਬਣਦੇ ਨੂੰ ਦਿਓ, ਨਾ ਹੀ ਦਰੀਆਂ ਵਿਛਾਈਏ, ਨਾ ਹੀ ਧਰਨਾ ਲਾਈਏ, ਪਰ ਦਿੰਦੇ ਨਹੀਂ ਇਹ। ਮੈਂ ਸਿਕਿਉਰਿਟੀ ਡਿਪਾਰਟਮੈਂਟ ਦੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ। ਇੱਥੇ ਜਿਹੜਾ ਧਰਨਾ ਲੱਗਾ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਤੇ ਕਾਹਤੋਂ ਧਰਨਾ ਲਗਾਇਆ ਗਿਆ? ਇਹ ਧਰਨਾ ਇਸ ਕਰਕੇ ਲੱਗਿਆ ਕਿ ਬੜੇ ਸਮੇਂ ਤੋਂ ਅਸੀਂ ਯੂਨੀਵਰਸਿਟੀ ਦੇ ਵਿੱਚ ਠੇਕੇ ਦੇ ਕੰਮ ਕਰਦੇ ਆ ਰਹੇ ਹਾਂ, ਅਤੇ ਕਿੰਨੇ ਸਾਲ ਸਾਡੀ ਵੈਸੀ ਸਾਰਨੀ ਲਈ ਸਾਨੂੰ ਇਹ ਕਹਿ ਕੇ ਭੰਡਿਆ ਗਿਆ ਵੀ ਤੁਸੀਂ ਤਾਂ ਇਹ ਠੇਕੇਦਾਰ ਦੇ ਬੰਦੇ ਹੋ, ਤੁਹਾਨੂੰ ਕੌਣ ਪੁੱਛਦਾ? ਅਸੀਂ ਪਹਿਲਾਂ ਧਰਨੇ ਮੁਜ਼ਾਹਰੇ ਲਾ ਕੇ ਡੇਲੀ ਦੇ ਉੱਤੇ ਮਤਲਬ ਆਪਣੇ ਆਏ, ਅਤੇ ਉਸ ਤੋਂ ਬਾਅਦ ਡੇਲੀ ਦੇ ਵਿੱਚ ਅਸੀਂ ਇੱਕ ਚੈਨਲ 'ਚ ਆਏ ਸੀਗੇ ਜਿਹੜਾ 2012 ਤੋਂ ਦੀ ਸਿੰਡੀਕੇਟ ਹੋਈ ਸੀ, ਉਹਦੇ ਵਿੱਚ ਇਹ ਪਾਸ ਹੋਇਆ ਸੀਗਾ ਕਿ ਜੋ 5 ਸਾਲ ਠੇਕੇ 'ਤੇ ਲਾਏਗਾ ਉਸਨੂੰ ਯੂਨੀਵਰਸਿਟੀ ਦੇ ਅੰਡਰ ਲੈ ਲਿਆ ਜਾਏਗਾ, ਅਤੇ ਫਿਰ ਅਸੀਂ ਉਸ ਚੈਨਲ ਦੇ ਮੁਤਾਬਕ ਹੀ 5 ਸਾਲ ਲਗਾ ਕੇ, ਅਸੀਂ 5 ਸਾਲਾਂ ਦਾ ਐਕਸਪੀਰੀਅੰਸ ਲਗਾ ਕੇ ਅਸੀਂ ਫਿਰ ਫਿਕਸ ਦੇ ਚੈਨਲ 'ਤੇ ਡੇਲੀ ਦੇ ਚੈਨਲ 'ਤੇ ਚੜ੍ਹੇ। ਹੁਣ ਡੇਲੀ 'ਤੇ ਸਾਡੀਆਂ 2 ਸਾਲ ਦੀਆਂ ਸੇਵਾਵਾਂ ਹੋ ਗਈਆਂ, ਫਿਰ ਅਸੀਂ ਧਰਨੇ ਮੁਜ਼ਾਹਰੇ ਲਗਾਏ, ਫਿਰ ਉਸ ਤੋਂ ਬਾਅਦ ਅਸੀਂ ਫਿਕਸ 'ਤੇ ਆਏ,
ਹੁਣ ਅਸੀਂ ਫਿਕਸ 'ਤੇ ਆਪਣੀਆਂ ਸੇਵਾਵਾਂ ਪੂਰੀਆਂ ਕਰ ਚੁੱਕੇ ਹਾਂ। ਸਾਨੂੰ ਬਕਾਇਦਾ ਉਹਨਾਂ ਨੇ ਜਦੋਂ ਅਸੀਂ ਫਿਕਸ 'ਤੇ ਹੋਏ ਸੀ ਉਦੋਂ ਉਹਨਾਂ ਨੇ ਲਿਖ ਕੇ ਦਿੱਤਾ ਸੀ ਉਸ ਵੀ ਅਸੀਂ ਜਦੋਂ ਸਾਡੇ 5 ਸਾਲ ਹੋ ਜਾਏਗੇ ਟੋਟਲ ਵੀ ਸਾਨੂੰ ਅਗਲੇ ਚੈਨਲ 'ਤੇ ਬਿਨਾਂ ਕਿਸੇ ਮਤਲਬ ਸਿੰਡੀਕੇਟ ਦੀ ਮੀਟਿੰਗ 'ਚ ਹੀ ਪਾਸ ਹੋ ਚੁੱਕਿਆ ਸੀ ਵੀ ਅਸੀਂ ਡਾਇਰੈਕਟ ਹੀ ਜਾਵਾਂਗੇ ਅਗਲੇ ਚੈਨਲ 'ਤੇ, ਪਰ ਅਸੀਂ ਸਾਨੂੰ ਜੋ ਉਹਨਾਂ ਨੇ ਲਿਖਿਆ ਹੋਇਆ ਉਹਦੇ ਵਾਸਤੇ ਉਹਨਾਂ ਦੇ ਲਿਖੇ ਲਿਖਾਏ ਵਾਸਤੇ ਵੀ ਸਾਨੂੰ ਪ੍ਰੋਟੈਸਟ ਕਰਨਾ ਪੈ ਰਿਹਾ ਵੀ ਤੁਸੀਂ ਹੀ ਲਿਖ ਕੇ ਦਿੱਤਾ, ਫਿਰ ਵੀ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਉਸ ਵਾਸਤੇ। ਦੇਖ ਲਓ ਕਿੱਡੀ ਵੱਡੀ ਗੱਲ ਹੈ, ਜਾਂ ਤਾਂ ਇਹ ਹੋਵੇ ਵੀ ਅਸੀਂ ਆਪਣੇ ਵੱਲੋਂ ਕੋਈ ਮੰਗ ਮੰਗ ਰਹੇ ਹਾਂ, ਉਹਨਾਂ ਦੀ ਹੀ ਸ਼ਰਤ ਲਿਖੀ ਹੋਈ ਹੈ ਸਾਡੇ ਕੋਲ, ਉਹ ਵਿੱਦ ਸਬੂਤ ਵੀ ਹਨ, ਅਤੇ ਫਿਰ ਵੀ ਸਾਨੂੰ ਬੈਠ ਕੇ ਅੱਜ ਤੀਜਾ ਦਿਨ ਧਰਨੇ ਦਾ ਜੋ ਚੱਲ ਰਿਹਾ ਹੈ ਉਹ ਸਾਨੂੰ ਦਿਨ ਰਾਤ ਦਾ ਸਾਡਾ ਜਿਹੜਾ ਧਰਨਾ ਚੱਲ ਰਿਹਾ ਹੈ ਅਤੇ ਲੱਗੇ ਪਏ ਹਾਂ, ਜਦ ਤੱਕ ਕੰਮ ਨਹੀਂ ਹੁੰਦਾ ਬੈਠੇ ਹਾਂ, ਕੋਈ ਚੱਕਰ ਨਹੀਂ ਹੈਗਾ। ਜਦੋਂ ਤੱਕ ਅਜੇ ਉਹ ਵੀ ਟੀਟ ਰਹੇ, ਅਸੀਂ ਵੀ ਟੀਟ ਹਾਂ, ਅਸੀਂ ਵੀ ਨਹੀਂ ਉੱਠਦੇ ਹੈਗੇ, ਹੋਰ ਕੀ ਹੈ, ਆਪਣੀ ਮੰਗਾਂ ਮਨਾ ਕੇ ਉੱਠਾਂਗੇ, ਇੱਦਾਂ ਅਸੀਂ ਉੱਠਣ ਵਾਲੇ ਵੀ ਕੋਈ ਨਹੀਂ ਹੈਗੇ। ਇੰਨੀ ਮਹਿੰਗਾਈ ਨੂੰ ਦੇਖਦੇ ਹੋਏ ਸੁਣਨ ਵਿੱਚ ਆਇਆ ਕਿ ਤੁਹਾਡੀ ਤਨਖਾਹ ਬਹੁਤ ਜ਼ਿਆਦਾ ਘੱਟ ਹੈ, ਅਤੇ ਪਰਿਵਾਰ ਦੇ ਬਾਰੇ ਤੁਹਾਡਾ ਕੀ ਖਿਆਲ ਆ, ਵੀ ਸਹੀ ਚੱਲਦਾ ਜਾਂ ਕੋਈ? ਤੁਸੀਂ ਦੇਖ ਲਓ ਵੀ ਇੰਨੀ ਮਹਿੰਗਾਈ ਦੇ ਵਿੱਚ ਕਿੱਥੇ ਪਰਿਵਾਰ ਪਾਲਣੇ ਕਿੰਨੇ ਸੌਖੇ ਆ, ਕਿ ਉਲਟਾ ਸਾਡੇ ਘਰਦਿਆਂ ਨੂੰ ਵੀ ਕਿਤੇ ਨਾ ਕਿਤੇ ਮਾੜਾ ਮੋਟਾ ਕੰਮ ਕਰਨਾ ਪੈਂਦਾ ਆ, ਤਾਂ ਜਾ ਕੇ ਕੋਈ ਮਾੜਾ ਮੋਟਾ ਗੁਜ਼ਾਰਾ ਹੁੰਦਾ। ਇੰਨੀ ਕੁ ਤਨਖਾਹ ਦੇ ਵਿੱਚ ਤਾਂ ਘਰ ਦਾ ਸੌਦਾ ਪੱਤਾ ਵੀ ਪੂਰਾ ਨਹੀਂ ਹੁੰਦਾ ਹੈਗਾ। ਠੀਕ ਹੈ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਹਾਂਜੀ, ਤੁਹਾਡਾ ਨਾਮ ਕੀ ਆ ਅਤੇ ਡਿਪਾਰਟਮੈਂਟ ਕਿਹੜਾ? ਨਾਮ ਕੁਲਦੀਪ ਸਿੰਘ, ਗੈਸਟ ਹਾਊਸ ਮਿਸਾਲ 'ਚ ਜੀ ਪੋਸਟ 'ਤੇ ਕੰਮ ਕਰ ਰਹੇ ਜੀ। ਅੱਛਾ ਜੀ, ਇਹ ਜਿਹੜਾ ਧਰਨਾ ਲੱਗਾ, ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ, ਕਾਹਦਾ ਧਰਨਾ ਲੱਗਾ ਅਤੇ ਤੁਹਾਡੀਆਂ ਮੰਗਾਂ ਕੀ ਨੇ? ਧਰਨਾ ਅਸੀਂ 12-13 ਸਾਲ ਤੋਂ ਗੈਸਟ ਹਾਊਸ ਦੇ ਵਿੱਚ ਕੰਮ ਕਰ ਰਹੇ ਹਾਂ ਜੀ। ਅਸੀਂ 2019 ਦੇ ਵਿੱਚ ਡੇਲੀ ਵੇਜ 'ਤੇ ਹੋਈ ਸੀ, ਉਸ ਤੋਂ ਬਾਅਦ ਅਸੀਂ ਫਿਕਸ 'ਤੇ ਆਏ ਹਾਂ। ਸਾਡੀ ਮੰਗ ਹੈ ਸਾਨੂੰ ਵਰਕ ਚਾਰਜ ਹੱਟ ਡੋਗ 'ਤੇ ਕੀਤਾ ਜਾਵੇ ਜੀ। ਅੱਛਾ, ਤੁਸੀਂ ਰੈਗੂਲਰ ਦੀ ਮੰਗ ਵੀ ਨਹੀਂ ਰੱਖਦੇ ਹੈਗੇ, ਤੁਸੀਂ ਵਰਕ ਚਾਰਜ ਅਤੇ ਅਡੋਗ ਦੀ ਮੰਗ ਵੀ ਰੱਖ ਰਹੇ ਹੋ, ਅਤੇ ਉਹ ਰੈਗੂਲਰ ਤੋਂ ਨੀਚੇ ਵਾਲੀ ਆਪਣਾ ਹੈਗਾ ਜੋਬ ਆ, ਨੀਚੇ ਵਾਲਾ ਡਿਪਾਰਟਮੈਂਟ ਆ, ਠੀਕ ਆ, ਅਤੇ ਤੁਸੀਂ ਰੈਗੂਲਰ ਦੀ ਮੰਗ ਕਿਉਂ ਨਹੀਂ ਰੱਖ ਰਹੇ? ਕਿ ਤੁਹਾਡੇ ਟਾਈਮ ਪੀਰੀਅਡ ਪੂਰਾ ਨਹੀਂ ਹੈਗਾ, ਜਾਂ ਸਰਕਾਰ ਨਹੀਂ ਮੰਨਦੀ, ਜਾਂ ਯੂਨੀਵਰਸਿਟੀ ਨਹੀਂ ਕਰਨਾ ਚਾਹੁੰਦੀ? ਸਾਡਾ ਟਾਈਮ ਪੀਰੀਅਡ ਪੂਰਾ ਹੋਇਆ ਬਈ, ਸਰਕਾਰ ਨਹੀਂ ਚਾਹੁੰਦੀ, ਅਸੀਂ ਫਿਰ ਵੀ ਉਹਦੇ ਬਦੌਲਤੀ ਸੋਚਦੇ ਸਾਨੂੰ ਵਰਕ ਚਾਰਜ ਕਰ ਦਿਉ, ਕੁਛ ਤਰ੍ਹਾਂ ਦੀ ਤਨਖਾਹ ਵਧੇ, ਕੁਛ ਖਰਚਾ ਸੈੱਟ ਹੋਵੇ, ਸਾਡਾ ਕੰਟਰੋਲ ਹੋ ਜਾਵੇ ਖਰਚੇ 'ਤੇ, 32-30 ਹਜ਼ਾਰ ਰੁਪਇਆ ਹੋ ਜਾਵੇ ਅਤੇ ਸਾਨੂੰ ਬੈਨੀਫਿਟ ਹੋਵੇ। ਅੱਛਾ, ਗੈਸਟ ਹਾਊਸ ਦਾ ਇੱਕ ਡਿਪਾਰਟਮੈਂਟ ਐਸਾ ਹੈ, ਇੱਥੇ ਸਰਕਾਰ ਦੇ ਗੈਸਟ ਵੀ ਆਉਂਦੇ ਨੇ, ਯੂਨੀਵਰਸਿਟੀ ਦੇ ਗੈਸਟ ਵੀ ਹੈਗੇ ਨੇ, ਤੁਸੀਂ ਉਹਨਾਂ ਨੂੰ ਟੇਬਲ 'ਤੇ ਬਿਠਾ ਕੇ ਖਾਣਾ ਖਵਾਉਂਦੇ ਹੋ, ਅਤੇ ਤੁਹਾਡੀਆਂ ਘਰ ਦੇ ਜਿਹੜੇ ਚੁੱਲ੍ਹੇ ਨੇ ਉਹ ਇਹਨਾਂ ਨੇ ਬਾਲਣੇ ਆ, ਅਤੇ ਤੁਹਾਡੇ ਚੁੱਲ੍ਹੇ ਵਾਲੇ ਪਾਸੇ ਦੇਖ ਨਹੀਂ ਰਹੇ ਹੈਗੇ? ਬਿਲਕੁਲ ਵੀ ਧਿਆਨ ਨਹੀਂ ਦੇ ਰਹੇ ਸਾਡੇ ਬਾਰੇ, ਅਸੀਂ ਇਹਨਾਂ ਦੇ ਗੈਸਟ ਸਾਂਭਦੇ, ਦਿਨ ਰਾਤ ਮਿਹਨਤ ਕਰਦੇ, ਸੇਵਾ ਕਰਦੇ ਇਹਨਾਂ ਦੀ, ਸਾਡੀ ਬਿਲਕੁਲ ਵੀ ਸੁਣਵਾਈ ਨਹੀਂ ਕਰ ਰਹੇ ਹੈਗੇ ਜੀ, ਸਾਡੇ ਬਾਰੇ ਬਿਲਕੁਲ ਸੋਚਣਾ ਚਾਹੀਦਾ ਇਹਨਾਂ ਨੂੰ ਜੀ। ਅੱਛਾ, ਤੁਹਾਡੀ ਤਨਖਾਹ ਕਿੰਨੀ ਆ? ਤਨਖਾਹ ਸਾਡੀ 10,500 ਦੇ ਵਿੱਚ ਗੁਜ਼ਾਰ ਚੱਲ ਜਾਂਦਾ? ਨਹੀਂ ਜੀ, ਬਹੁਤ ਔਖਾ ਜੀ, ਘਰ ਦੇ ਵੀ ਕੰਮ ਕਰਕੇ ਨਾਲ ਸਾਥ ਦਿੰਦੇ ਜੀ, ਤਾਂ ਸਾਡਾ ਗੁਜ਼ਾਰਾ ਚੱਲ ਰਿਹਾ ਜੀ। ਇਸ 'ਤੇ ਹੀ ਸਰਵਾਈਵ ਕਰਦੇ ਹੋ ਤੁਸੀਂ ਇਹੀ ਤਨਖਾਹ 'ਤੇ? ਹਾਂਜੀ, ਇਸ ਤਨਖਾਹ 'ਤੇ। ਥੈਂਕ ਯੂ ਜੀ। ਬਿਲਕੁਲ ਬਿਲਕੁਲ ਜੀ, ਚਲੋ ਸ਼ੁਕਰੀਆ ਜੀ, ਬਹੁਤ ਬਹੁਤ ਆਸ ਕਰਦੇ ਹਾਂ ਤੁਸੀਂ ਜਿਸ ਮਿਸ਼ਨ ਨੂੰ ਲੈ ਕੇ ਇੱਥੇ ਬੈਠੇ ਹੋ ਜਲਦੀ ਤੋਂ ਜਲਦੀ ਪੂਰਾ ਹੋਵੇ ਜੀ, ਅਤੇ ਜਲਦੀ ਤੋਂ ਜਲਦੀ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਪਹੁੰਚ ਸਕੋ, ਆਪਣੀਆਂ ਡਿਊਟੀਆਂ 'ਤੇ ਮੁੜ ਬਹਾਲ ਹੋ ਸਕੋ। ਕਰਮਚਾਰੀ ਏਕਤਾ ਜਿੰਦਾਬਾਦ, ਯੂਨੀਵਰਸਿਟੀ ਪ੍ਰਸ਼ਾਸਨ ਮੁਰਦਾਬਾਦ, ਸਾਡੀਆਂ ਮੰਗਾਂ ਪੂਰੀਆਂ ਕਰੋ, ਪੂਰੀਆਂ ਕਰੋ, ਪੂਰੀਆਂ ਕਰੋ, ਪੰਜਾਬ ਸਰਕਾਰ ਹਾਏ ਹਾਏ, ਹਾਏ ਹਾਏ, ਹਾਏ ਹਾਏ, ਪੰਜਾਬ ਸਰਕਾਰ ਹਾਏ ਹਾਏ, ਹਾਏ ਹਾਏ, ਹਾਏ ਹਾਏ, ਯੂਨੀਵਰਸਿਟੀ ਪ੍ਰਸ਼ਾਸਨ ਹਾਏ ਹਾਏ, ਹਾਏ ਹਾਏ, ਹਾਏ ਹਾਏ, ਸਾਡੀਆਂ ਮੰਗਾਂ ਪੂਰੀਆਂ ਕਰੋ, ਪੂਰੀਆਂ ਕਰੋ, ਪੂਰੀਆਂ ਕਰੋ।